ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਸ਼ਤਾਬਦੀ ਦੇ ਸਮਾਰੋਹ ਲਗਾਤਾਰ ਚੱਲ ਰਹੇ ਨੇ। 1 ਨਵੰਬਰ ਤੋਂ ਲੈ ਕੇ 12 ਨਵੰਬਰ ਤੱਕ ਸੁਲਤਾਨਪੁਰ ਲੋਧੀ ਦੇ ਡੇਰਾ ਬਾਬਾ ਨਾਨਕ ਦੇ ਸਮਾਗਮਾਂ ਦੀ ਸ਼ੁਰੂਆਤ ਹੋ ਚੁੱਕੀ ਹੈ। ਸਾਡੇ ਨਾਲ ਮੌਜੂਦ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਪੋਕਸਪਰਸਨ ਦਲਜੀਤ ਸਿੰਘ ਚੀਮਾ ਸਾਹਿਬ। ਚੀਮਾ ਸਾਹਿਬ, ਪਰਸੋਂ ਮੋਦੀ ਸਾਹਿਬ ਇੱਥੇ ਪਹੁੰਚ ਰਹੇ ਨੇ, ਥੋੜ੍ਹੀ ਰੋਡ ਦਾ ਉਦਘਾਟਨ ਕਰਨ ਜਾ ਰਹੇ ਨੇ, ਕੀ ਕਹਿਣਾ ਚਾਹੁੰਦੇ, ਕਿਸ ਤਰ੍ਹਾਂ ਦੇਖਦੇ? ਇੱਕ ਗੱਲ ਇਹ ਹੈ ਕਿ ਬਹੁਤ ਵੱਡਾ ਇਤਿਹਾਸਿਕ ਮੂਮੈਂਟ ਹੈ, ਸੰਗਤਾਂ ਦੀਆਂ ਅਰਦਾਸਾਂ ਨੂੰ ਫਲ ਲੱਗਿਆ। ਅੱਜ ਸਵੇਰੇ ਅਖੰਡਪੁਰ ਸਾਹਿਬ ਜਿਹੜੇ ਆ ਗੁਰਦੁਆਰਾ ਸ਼੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਦੇ ਵਿੱਚ ਸਵੇਰੇ ਆਰੰਭ ਕਰ ਦਿੱਤੇ ਗਏ। ਪਰਸੋਂ ਸਵੇਰੇ 8 ਵਜੇ ਭੋਗ ਪੈਣਗੇ। ਫਿਰ ਇਹ ਜਿਹੜਾ ਬਹੁਤ ਵੱਡਾ ਤੁਹਾਡੇ ਸਾਹਮਣੇ ਇੱਕ ਮਿਹਨਤ ਕਰਕੇ ਚਾਵਾਂ ਦੇ ਨਾਲ ਪੰਡਾਲ ਤਿਆਰ ਕੀਤਾ ਗਿਆ, ਇੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਹੋਵੇਗੀ, ਕਥਾ ਕੀਰਤਨ ਹੋਵੇਗਾ, ਅਰਦਾਸ ਹੋਏਗੀ, ਹੁਕਮਨਾਮਾ ਹੋਏਗਾ। ਔਰ ਦੇਸ਼ ਦੇ ਪ੍ਰਧਾਨ ਮੰਤਰੀ ਜਿਹੜੇ ਆ ਬਹੁਤ ਵੱਡੀਆਂ ਸਤਿਕਾਰ ਸ਼ਖਸੀਅਤਾਂ, ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ, ਸਰਦਾਰ ਸੁਖਬੀਰ ਸਿੰਘ ਬਾਦਲ ਜੀ, ਬੀਬਾ ਹਰਸਿਮਰਤ ਕੌਰ ਬਾਦਲ, ਹੋਰ ਜਿਹੜੇ ਆ ਬਹੁਤ ਵੱਡੀਆਂ ਧਾਰਮਿਕ ਸ਼ਖਸੀਅਤਾਂ, ਬਹੁਤ ਸਾਰੀਆਂ ਜਿਹੜੀਆਂ ਰਾਜਨੀਤਿਕ ਸ਼ਖਸੀਅਤਾਂ ਇਸ ਪੰਡਾਲ ਦੇ ਵਿੱਚ ਜਿਹੜੀ ਆ ਉਹ ਮੁਬਾਰਕਬਾਦ ਜੀ। ਬਿਲਕੁਲ, ਲਗਾਤਾਰ ਤਿਆਰੀਆਂ ਚੱਲ ਰਹੀਆਂ, ਪ੍ਰਧਾਨ ਮੰਤਰੀ ਸਾਹਿਬ ਵੱਲੋਂ ਕੋਰੀਡੋਰ ਦਾ ਉਦਘਾਟਨ ਵੀ ਕਰਨਾ ਅਤੇ ਫਿਰ ਜਨਸਭਾ ਨੂੰ ਸੰਬੋਧਿਤ ਕਰਨਾ। ਕੀ ਕਹਿਣਾ ਚਾਹੁੰਗੇ, ਸਰਕਾਰ ਵੱਲੋਂ ਜੇ ਕਿਹਾ ਜਾ ਰਿਹਾ ਸੀ ਕਿ ਉਹਨਾਂ ਦੀ ਸਟੇਜ 'ਤੇ ਵੀ ਪ੍ਰਧਾਨ ਮੰਤਰੀ ਸਾਹਿਬ ਆ ਸਕਦੇ, ਕੀ ਉਹਨਾਂ ਦੀ ਪ੍ਰੋਗਰਾਮ ਕੀ ਹੈ? ਦੇਖੋ, ਗੱਲ ਇਹ ਹੈ ਕਿ ਇਹ ਜਿਹੜਾ ਪ੍ਰੋਜੈਕਟ ਹੈ ਇਹ ਕੇਂਦਰ ਸਰਕਾਰ ਦਾ ਪ੍ਰੋਜੈਕਟ, 600 ਕਰੋੜ ਦੇ ਕਰੀਬ ਕੇਂਦਰ ਸਰਕਾਰ ਨੂੰ ਮਿਲਿਆ। ਔਰ ਹਮੇਸ਼ਾ ਹੀ ਰਵਾਇਤ ਹੁੰਦੀ ਹੈ ਜਿਹੜੇ ਕੇਂਦਰ ਸਰਕਾਰ ਦੇ ਪ੍ਰੋਜੈਕਟ ਨੇ ਬਾਰਡਰ ਦਾ ਇਲਾਕਾ ਸਾਰੇ ਅੰਡਰ ਹੈ ਇਹ ਜਿਹੜਾ, ਇਸ ਕਰਕੇ ਇਹ ਕੇਂਦਰ ਸਰਕਾਰ ਦੇ ਅਧਿਕਾਰ ਖੇਤਰ ਬਣਦਾ ਸੀ, ਉਹਦੇ 'ਚ ਸੂਬੇ ਦੇ ਮੁੱਖ ਮੰਤਰੀ ਸਾਹਿਬ ਨੂੰ ਵੀ ਇਨਵਾਈਟ ਕੀਤਾ ਗਿਆ। ਇਸ ਕਰਕੇ ਸੂਬੇ ਦੀਆਂ ਸਰਕਾਰਾਂ ਹਮੇਸ਼ਾ ਨਾਲ ਸ਼ਾਮਿਲ ਹੁੰਦੀਆਂ, ਪਰ ਇਹ ਪ੍ਰੋਜੈਕਟ ਕਿਉਂਕਿ ਕੇਂਦਰ ਸਰਕਾਰ ਦਾ, ਕੇਂਦਰ ਸਰਕਾਰ ਦੇ ਪੈਸਾ ਦਿੱਤਾ, ਪ੍ਰਧਾਨ ਮੰਤਰੀ ਜੀ ਇਹਦਾ ਆਪ ਜਿਹੜੀ ਹੈਗੀ ਹੈ ਸਿੱਖ ਨੂੰ ਸਮਰਪਿਤ ਕਰ ਰਹੇ, ਇਸ ਕਰਕੇ ਅਕਾਰਡਿੰਗਲੀ ਸਾਰੇ ਪੈਸੇ ਉਹਨਾਂ ਵੱਲੋਂ ਦਿੱਤੇ ਜਾ ਰਹੇ, ਅਤੇ ਫਿਰ ਦੂਜੇ ਸਮਾਗਮ ਦੀ ਕੋਈ ਗੱਲ ਹੀ ਨਹੀਂ ਬਣਦੀ। ਇਸ ਕਰਕੇ ਮੁੱਖ ਮੰਤਰੀ ਸਾਹਿਬ ਵੀ ਇੱਥੇ ਹੋਣ ਜੀ ਆਏ ਨੇ, ਕਿਉਂਕਿ ਸਾਰਿਆਂ ਦਾ ਸਾਂਝਾ ਸਮਾਗਮ ਹੈ, ਕੇਂਦਰ ਸਰਕਾਰ ਕਰ ਰਹੀ ਹੈ, ਔਰ ਬੜਾ ਇਤਿਹਾਸਿਕ ਸਮਾਗਮ ਹੈ, ਇਸ ਕਰਕੇ ਇਹਨੂੰ ਕਿਸੇ ਵੀ ਤਰ੍ਹਾਂ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਵਿਵਾਦ 'ਚ ਪਾਉਣਾ ਇਹ ਜਾਇਜ਼ ਹੀ ਨਹੀਂ। ਅੱਛਾ, ਅੱਜ ਵਿਧਾਨ ਸਭਾ ਦਾ ਸੈਸ਼ਨ ਵੀ ਚੱਲ ਰਿਹਾ ਕੱਲ੍ਹ ਤੋਂ, ਅੱਜ ਵਿਧਾਨ ਸਭਾ 'ਚ ਕੁਛ ਨਵੇਂ ਮਤੇ ਪਾਸ ਕੀਤੇ ਗਏ ਨੇ, ਇੱਕ ਦਰਬਾਰ ਸਾਹਿਬ ਦੇ ਵਿੱਚ ਬੀਬੀਆਂ ਨੂੰ ਇਜਾਜ਼ਤ ਦੀ ਮੰਗ ਕੀਤੀ ਗਈ ਹੈ, ਮਤਾ ਪਾਸ ਕੀਤਾ ਗਿਆ ਕਿ ਦਰਬਾਰ ਵਾਸਤੇ ਇਜਾਜ਼ਤ ਦਿੱਤੀ ਜਾਵੇ। ਦੇਖੋ, ਜਿਹੜੇ ਵੀ ਸਾਡੇ ਹਾਊਸ ਨੇ, ਚਾਹੇ ਵਿਧਾਨ ਸਭਾ ਨੇ ਚਾਹੇ ਲੋਕ ਸਭਾ, ਇੱਕ ਮਰਿਆਦਾ ਹੁੰਦੀ ਹੈ ਕਿ ਜਿੱਥੇ ਵੀ ਪੂਜਾ ਪਾਠ ਦੇ, ਧਰਮ ਦੇ ਮਸਲੇ ਹੋਣ, ਮਰਿਆਦਾ ਦੇ ਮਸਲੇ ਹੋਣ, ਉੱਥੇ ਕਦੀ ਵੀ ਇਹ ਦਖਲਅੰਦਾਜ਼ੀ ਨਹੀਂ ਕੀਤੀ। ਈਵਨ ਸਾਡੇ ਦੇਸ਼ ਦੀਆਂ ਜਿਹੜੀਆਂ ਨੇ ਅਦਾਲਤਾਂ ਵੀ, ਚਾਹੇ ਸੁਪਰੀਮ ਕੋਰਟ ਹੈ, ਚਾਹੇ ਹਾਈ ਕੋਰਟ ਹੈ, ਚਾਹੇ ਹੇਠਲੀਆਂ ਅਦਾਲਤਾਂ, ਉਹ ਵੀ ਕਦੀ ਜਿੱਥੇ ਧਰਮ ਦੀ ਵਿਸ਼ਵਾਸ ਦੀ ਗੱਲ ਹੁੰਦੀ ਹੈ ਤਾਂ ਉੱਥੇ ਦਖਲਅੰਦਾਜ਼ੀ ਨਹੀਂ ਕਰਦੀ। ਮੈਂ ਸਮਝਦਾ ਕਿ ਇਸ ਤਰ੍ਹਾਂ ਦੀ ਬੇਲੋੜੀ ਦਖਲਅੰਦਾਜ਼ੀ ਜਿਹੜੀ ਅੱਜ ਕਾਂਗਰਸ ਸਰਕਾਰ ਨੇ ਇਹ ਮਤਾ ਲਿਆ ਕੇ ਕੀਤੀ ਹੈ, ਇਹ ਕਿਸੇ ਵੀ ਤਰੀਕੇ ਵਾਜਬ ਨਹੀਂ, ਇਹ ਸਿੱਧੀ ਧਾਰਮਿਕ ਕੰਮਾਂ ਦੇ ਵਿੱਚ ਦਖਲ ਅੰਦਾਜ਼ੀ ਕਰਨ ਵਾਲੀ ਗੱਲ। ਜਿੱਥੋਂ ਤੱਕ ਸ਼੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਦੀ ਮਰਿਆਦਾ ਦਾ ਸਵਾਲ, ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਸ ਮਹਾਨ ਸਥਾਨ ਦੀ ਮਰਿਆਦਾ ਆਪ ਤੈਅ ਕੀਤੀ ਹੋਈ, ਔਰ ਸਾਰੀ ਕੌਮ ਦੇ ਵਿੱਚ, ਚਾਹੇ ਕੋਈ ਸਾਡੀ ਬੀਬੀ ਹੈ, ਚਾਹੇ ਮਰਦ ਹੈ, ਕਦੇ ਕਿਸੇ ਨੂੰ ਇਸ ਮਰਿਆਦਾ ਦੇ ਉੱਤੇ ਇਤਰਾਜ਼ ਨਹੀਂ। ਇਸ ਕਰਕੇ ਜਦੋਂ ਅਸੀਂ ਗੁਰੂ ਨਾਨਕ ਸਾਹਿਬ ਦਾ 550 ਸਾਲਾ ਪ੍ਰਕਾਸ਼ ਦਿਹਾੜਾ ਮਨਾ, ਜਿਨ੍ਹਾਂ ਨੇ ਇਸਤਰੀ ਜਾਤੀ ਵਾਸਤੇ ਜਦੋਂ ਬਹੁਤ ਮਾੜੇ ਹਾਲਾਤ ਸੀ ਕਿੰਨੀ ਵੱਡੀ ਆਵਾਜ਼ ਬੁਲੰਦ ਕੀਤੀ ਸੀ, ਇਹ ਚੀਜ਼ਾਂ ਦੁਨੀਆ ਨੂੰ ਦੱਸਣ ਦੀ ਬਜਾਏ ਅਸੀਂ ਗਲਤ ਸੰਕੇਤ ਜਿਹੜੇ ਆ ਇਹੋ ਜਿਹੇ ਮਤੇ ਲਿਆ ਕੇ ਉਸ ਇੱਕ ਧਰਮ ਦੇ ਬਾਰੇ ਚਰਚਾ ਕਰ ਰਹੇ ਹਾਂ, ਜਿਹੜੇ ਕਿ ਮੈਂ ਸਮਝਦਾ ਸਪੀਕਰ ਸਾਹਿਬ ਨੂੰ ਪਹਿਲੇ ਰੋਕ ਦੇਣੇ ਚਾਹੀਦੇ। ਇਸ ਤਰ੍ਹਾਂ ਜੇ ਰਿਵਾਜ਼ ਪੈ ਗਏ ਧਰਮ ਦੇ ਕੰਮਾਂ ਦੇ ਵਿੱਚ ਤਾਂ ਇਹ ਕਈ ਤਰ੍ਹਾਂ ਦੇ ਫਿਰ ਬੇਲੋੜੇ ਵਿਵਾਦ ਪੈਦਾ ਹੋਣਗੇ। ਇਹ ਸਪੀਕਰ ਸਾਹਿਬ ਨੂੰ ਚਾਹੀਦਾ ਸੀ ਕਿ ਇਹ ਧਰਮ ਦਾ ਮਸਲਾ, ਇਹਦੇ ਵਾਸਤੇ ਸ੍ਰੀ ਅਕਾਲ ਤਖਤ ਸਾਹਿਬ, ਸਾਡੇ ਤਖਤ ਸਾਹਿਬਾਨ ਸਿੰਘ ਸਾਹਿਬਾਨ ਮੌਜੂਦ ਨੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੌਜੂਦ ਹੈ, ਉਹ ਵੀ ਸਿੱਖਾਂ ਦੀ 100% ਹੈ। ਕਦੀ ਕੋਈ ਅੱਜ ਤੱਕ ਦੇਖੋ ਕਦੀ ਕਿਸੇ ਸਰਕਾਰ ਨੇ ਇਸ ਤਰ੍ਹਾਂ ਦੇ ਮਤੇ ਨਹੀਂ ਪਾਸ ਕੀਤੇ ਜਿਹੜੇ ਜਿਸ ਤਰ੍ਹਾਂ ਦਾ ਮਤਾ ਅੱਜ ਹੈ। ਇਸ ਕਰਕੇ ਮਤੇ ਪਾਸ ਕਰਕੇ ਕਿਸੇ ਧਰਮ ਨੂੰ ਗਲਤ ਰੂਪ ਦੇ ਵਿੱਚ ਪੇਸ਼ ਕਰਨਾ, ਕਿਸੇ ਮਹਾਨ ਸਥਾਨ ਦੀ ਜਿਹੜੀ ਮਰਿਆਦਾ ਨੂੰ ਗਲਤ ਰੂਪ ਦੇ ਵਿੱਚ ਪੇਸ਼ ਕਰਨਾ, ਉਹ ਕਿਸੇ ਵੀ ਤਰੀਕੇ ਵਾਜਬ ਨਹੀਂ। ਜੀ ਬਿਲਕੁਲ, ਇਹ ਸੀਗੇ ਦਲਜੀਤ ਸਿੰਘ ਚੀਮਾ ਜਿਨ੍ਹਾਂ ਨੇ ਦੱਸਿਆ ਕਿ ਪਰਸੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਥੇ ਡੇਰਾ ਬਾਬਾ ਨਾਨਕ ਦੇ ਵਿੱਚ ਵੱਡੀ ਰੈਲੀ ਨੂੰ ਸੰਬੋਧਨ ਕਰਨਗੇ ਅਤੇ ਉੱਥੇ ਸਾਰੇ ਹੀ ਵੱਖ ਵੱਖ ਰਾਜਨੀਤਿਕ ਆਗੂ ਇੱਥੇ ਮੌਜੂਦ ਹੋਣਗੇ। ਦੂਜੇ ਪਾਸੇ ਅੱਜ ਵਿਧਾਨ ਸਭਾ 'ਚ ਮਤੇ ਦੇ ਸੰਬੰਧੀ ਉਹਨਾਂ ਨੇ ਕਿਹਾ ਕਿ ਕਾਂਗਰਸ ਧਰਮ ਦੇ ਵਿੱਚ ਦਖਲਅੰਦਾਜ਼ੀ ਕਰ ਰਹੀ ਹੈ ਜੋ ਕਿ ਉਚਿਤ ਨਹੀਂ ਹੈ। ਕੈਮਰਾਮੈਨ ਰੋਹਿਤ ਦੇ ਨਾਲ ਵਿਵੇਕਤਾ, ਦੈਨਿਕ ਸਵੇਰਾ ਟੀਵੀ, ਡੇਰਾ ਬਾਬਾ ਨਾਨਕ।